ਰਹਿਮਾਨ ਰਹੀਮ ਅਸਲਾਮ ਅਲੈਕੁਮ ਦੋਸਤੋ, ਜੈਸਾ ਕਿ ਤੁਹਾਨੂੰ ਪਤਾ ਹੈ ਕਿ ਇਸ ਵਕਤ ਪੂਰੇ ਪਾਕਿਸਤਾਨ ਦੇ ਵਿੱਚ ਚਾਵਲਾਂ ਦੀ ਜਿਹੜੀ ਫਸਲ ਹੈ ਉਹ ਨਾਕਾਮ ਥੀ ਚੁੱਕੀ ਹੈ। ਦੇਖੋ, ਇੰਜਾ ਮੁਖਤਲਿਫ ਰੀਜ਼ਨ, ਮੁਖਤਲਿਫ ਵਜੂਹਾਤ ਪੇਸ਼ ਖਿਦਮਤ ਹਨ, ਕਿਉਂਕਿ ਗਵਰਨਮੈਂਟ ਦੀ ਤਰਫੋਂ ਔਰ ਮੁਖਤਲਿਫ ਕੰਪਨੀਜ਼ ਦੀ ਤਰਫੋਂ ਵੀ ਇਹ ਬਿਆਨ ਕੀਤਾ ਪੈਂਦੇ ਕਿ ਇਸ ਸਾਲ ਗਰਮੀ ਦੇ ਬੜੇ ਇਸ਼ੂ ਹਨ, ਜਿਹਦੀ ਵਜ੍ਹਾ ਕਰਨੇ ਚਾਵਲ ਦੀ ਫਸਲ ਦੇ ਉੱਤੇ ਬੜਾ ਅਟੈਕ ਹੈ ਗਰਮੀ ਦਾ, ਔਰ ਪੋਲੀਨੇਸ਼ਨ ਨਹੀਂ ਥੀ ਗਈ, ਜਿਸ ਦੀ ਵਜ੍ਹਾ ਕਰਨੇ ਚਾਵਲ ਕਾਫੀ ਸਾਰਾ ਖਸ ਥੀ ਚੁੱਕੇ। ਇਸ ਟਾਈਮ ਅਸਾਂ ਕਸਬਾ ਮਾਮੂਰੀ ਦੇ ਆਪਣਾ ਇੱਕ ਗਾਉਂ ਦੇ ਵਿੱਚ ਚੱਕ ਸਲਾਰੀਏ 'ਚ ਬੈਠੇ ਸੇ। ਸਾਰੀ ਮੁਲਾਕਾਤ ਥਈ ਹੈ ਚਾਚੇ ਕਰਮ ਖਾਂ ਜਿੰਦਾਣੀ ਦੇ ਨਾਲ। ਇਹਨਾਂ ਦੀ ਅਸਾਂ ਫਸਲ ਡਿੱਠੀ ਸੀ ਤਕਰੀਬਨ ਕੋਈ 30-40 ਏਕੜ ਦੇ ਲਗਭਗ ਹੈ, ਅਤੇ ਉਹ ਬਿਲਕੁਲ ਜਿਹੜੀ ਸੂਰਤ ਹਾਲ ਹੈ ਪਿਛਲੇ ਕਈ ਸਾਲ ਕਨੇ ਇਹ ਚਾਵਲ ਦੇ ਕਾਸ਼ਤਕਾਰ ਹਨ, ਲੇਕਿਨ ਇਸ ਸਾਲ ਉਹ ਸ਼ਦੀਦ ਜੋ ਹੈ ਨਾ ਗਮ ਦੇ ਵਿੱਚ ਹਨ, ਕਿਉਂਕਿ ਉਹਨਾਂ ਦੀ ਫਸਲ ਸ਼ਦੀਦ ਮੁਤਾਸਰ ਥੀ ਚੁੱਕੀ ਹੈ, ਔਰ ਤਕਰੀਬਨ ਕੋਈ 90% ਤੱਕ ਉਹਨਾਂ ਦੀ ਫਸਲ ਖਾਲੀ ਹੈ। ਅਸਾਂ ਚਾਚੇ ਕਨੇ ਪੁੱਛਦੇ ਸੀ ਕਿ ਕਿਆ ਚਾਚਾ ਜਿਹੜੀ ਤੁਹਾਡੀ ਫਸਲ ਇਸ ਟਾਈਮ ਤਿਆਰ ਖੜੀ ਹੈ, ਇਹ ਖਰਚਾ ਕੱਢ ਵੇ ਸੀ ਜਾਂ ਨਾ ਕੱਢ ਸੀ ਚਾਚਾ? ਕਿਆ ਸੂਰਤ ਹਾਲ ਲੱਗੀ ਹੈ ਤੋ? ਖਰਚਾ ਕਿਆ ਕੱਢ ਸੀ, ਤਕਰੀਬਨ 15-20 ਲੱਖ ਰੁਪਏ ਦਾ ਖਰਚਾ ਹੈ। ਉਹਦੇ ਵਿੱਚ ਸਾਕੂ ਤਾਂ ਨਹੀਂ ਲੱਗਦਾ, ਜੋ ਦਲੀ ਸਾਕੂ 2-3 ਲੱਖ ਫਸਲ ਕੱਢੇ। ਹੁਣ ਦੇਖੋ ਸੀ ਚਾਚੇ ਦੇ ਇਹ ਬਿਆਨ ਹੈ, ਯਾਨੀ ਕਿ ਉਹ ਆਦਨ ਪਹਿਲੇ ਅਸਾਂ ਜਿਹੜਾ ਖਰਚਾ ਕਰਦੇ ਆ ਸੇ ਉਹ ਆਸਾਨੀ ਨਾਲ ਖਰਚਾ ਵੀ ਨਿਕਲਦਾ ਹੈ, ਔਰ ਬਚਤ ਵੀ ਥੀ ਨਹੀਂ, ਸਾਕੂ ਬਚਤ ਵੀ ਥੀ ਨਹੀਂ, ਸਾਡੇ ਬੇਕੰਮ ਗੁਜ਼ਰਾਨ ਵੀ ਚੱਲਦੇ ਹਨ, ਲੇਕਿਨ ਬਾਅਦ ਵਿੱਚ ਖੇਤੀ ਵੀ ਥੀ ਨਹੀਂ ਆਈ, ਕਣਕ ਵੀ ਥੀ ਨਾ, ਉਹਦੇ ਬਾਅਦ ਜਿਹੜਾ ਹੁਣ ਜਿਹੜਾ ਖਰਚਾ ਕੀਤੇ ਸੀ ਉਹ ਖਰਚਾ ਹੀ ਸਾਡਾ ਫੋਕਸ ਹੈ, ਲੇਕਿਨ ਗੱਲ ਇਹ ਵਾਲਾ ਇਹ ਆਪਣਾ ਖਰਚਾ ਹੀ ਨਹੀਂ ਕੱਢਦਾ ਜਰਾ ਇਹ ਸਾਲ ਇਹਨੇ ਚਾਵਲ ਤੇ ਕੀਤੇ ਸੀ। ਇਵੇਂ ਸਰ ਜੀ, ਇਵੇਂ ਹੈ, ਦੇਖੋ ਹੁਣ ਅਸਾਂ ਦੁਆ ਕਰਨੇ ਸੀ ਕਿ ਅੱਲਾਹ ਤਾਲਾ ਸਾਡੇ ਜਿੰਨੇ ਵੀ ਕਾਸ਼ਤਕਾਰ ਹਨ ਉਹਨਾਂ ਦੇ ਫਸਲਾਂ ਦੇ ਵਿੱਚ ਬਰਕਤ ਲਾਵੇ, ਕਿਉਂਕਿ ਪਹਿਲੇ ਉਹ ਗੰਦਮ ਦੇ ਵਿੱਚ ਵੀ ਬਹੁਤ ਮੁਤਾਸਰ ਹਨ, ਗੰਦਮ ਹਾਲੀ ਤੱਕ ਉਹ ਆਪਣੇ ਘਰ ਰੱਖੀ ਬੈਠੇ ਹਨ, ਔਰ ਦੂਜੀ ਫਸਲ ਜਿਹੜੀ ਹੈ ਉਹ ਨਾਕਾਮ ਥੀ ਚੁੱਕੀ ਹੈ। ਇਸ ਵਕਤ ਬਹੁਤ ਸ਼ਦੀਦ ਯਾਨੀ ਕਿ ਮੁਤਾਸਰ ਬਹੁਤ ਮੁਤਾਸਰ ਹਨ, ਔਰ ਉਹ ਜੋ ਹੈ ਨਾ ਇਸ ਟਾਈਮ ਇੱਕ ਆਪਣੇ ਗਮ ਬਿਆਨ ਕਰਨ ਦੇ ਬੈਠੇ ਕਿ ਆਪਣਾ ਜੋ ਹੈ ਨਾ ਹਾਲਾਤ ਸਹੀ ਕਹਿ ਨਹੀਂ ਚਾਵਲਾਂ ਦੇ। ਅਤੇ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਦੋਸਤੋ, ਇਸ ਵਕਤ ਪੂਰੇ ਪਾਕਿਸਤਾਨ ਵਿੱਚ ਚਾਵਲਾਂ ਦੀ ਜਿਹੜੀ ਸੂਰਤ ਹਾਲ ਹੈ ਉਹ ਖਾਲੀ ਥੀ ਚੁੱਕੀ ਹੈ, ਔਰ ਪੈਦਾਵਾਰ ਬਹੁਤ ਕਮ ਆ ਸਕਦੀ ਹੈ। ਲਿਹਾਜ਼ਾ ਸਾਡੀ ਹੁਣ ਜਿਹੜੀ ਗੁਜ਼ਾਰਿਸ਼ ਹੈ ਗਵਰਨਮੈਂਟ ਕੋ ਕਿ ਉਹ ਮਿਹਰਬਾਨੀ ਕਰਨ, ਹੁਣ ਖਾਲੀ ਜਿਹੜੇ ਥੀ ਗਏ ਨੇ ਵਿਆਹ ਤਾਂ ਕੁਛ ਨਹੀਂ ਬਣਦੀ, ਅੱਛਾ ਥੋੜ੍ਹੀ ਬਹੁਤ ਜਿਹੜੀ ਵੀ ਪੈਦਾਵਾਰ ਆਉਣੀ ਚਾਹੀਦੀ ਹੈ ਨਾ, ਉਹਨਾਂ ਦੇ ਰੇਟ ਅੱਛੇ ਬਣਾਵਣ, ਔਰ ਗੰਦਮ ਦੇ ਰੇਟ ਵੀ ਅੱਛੇ ਬਣਾਵਣ, ਤਾਂ ਕਿ ਸਾਡਾ ਕਾਸ਼ਤਕਾਰ ਖੁਸ਼ਹਾਲ ਥੀਵੇ, ਪਾਕਿਸਤਾਨ ਖੁਸ਼ਹਾਲ ਥੀਵੇ। ਸ਼ੁਕਰੀਆ।